हेलो फ्रेंड्स, टुडेज टॉपिक इज डिस्क्राइब एन ओकेजन व्हेन यू आर नॉट अलाउड टू यूज़ योर मोबाइल फोन। कोई ओकेजन डिस्क्राइब करो जो तुहानू मोबाइल फोन यूज करन तो अलाउ ना किया गया हो। सो गाइज, इफ यू आर वॉचिंग माई वीडियो फर्स्ट टाइम दैन प्लीज लाइक शेयर एंड सब्सक्राइब माई चैनल। सो लेट्स गेट स्टार्टेड। लेट्स डिस्कस इट्स क्यूज। वेयर वॉज इट, ये कितने से, वैन वॉज इट, कदों की गल है, वाई यू आर नॉट अलाउड, तुहानू अलाउ क्यों नहीं किया गया सी। What did you want to do with your cell phone? ਤੁਸੀਂ ਕੀ ਕਰਨਾ ਚਾਹੁੰਦੇ ਸੀ ਆਪਣੇ ਮੋਬਾਈਲ ਫੋਨ ਦੇ ਨਾਲ? Needless to say, mobile phones play an essential role in our life. ਇਸ ਨੂੰ ਕਹਿਣ ਦੀ ਲੋੜ ਨਹੀਂ ਕਿ ਮੋਬਾਈਲ ਫੋਨ ਆ ਜਿਹੜੇ ਸਾਡੀ ਲਾਈਫ ਦੇ ਵਿੱਚ ਬਹੁਤ ਐਸੈਂਸ਼ੀਅਲ ਰੋਲ, ਇੰਪੋਰਟੈਂਟ ਰੋਲ ਪਲੇ ਕਰਦੇ ਆ। ਵੀ ਕੈਨ ਨਾਟ ਇਮੇਜਿਨ ਆਵਰ ਲਾਈਫ ਵਿਦਆਊਟ ਦੈਮ। ਅਸੀਂ ਆਪਣੀ ਲਾਈਫ ਇਮੇਜਿਨ ਨਹੀਂ ਕਰ ਸਕਦੇ ਇਹਨਾਂ ਤੋਂ ਬਿਨਾਂ। ਬਟ ਮੋਬਾਈਲ ਫੋਨਸ ਆਰ ਨਾਟ ਅਲਾਊਡ ਇਨ ਸਮ ਪਲੇਸਿਸ ਲਾਈਕ ਟੈਂਪਲਸ, ਹਸਪੀਟਲਸ ਐਂਡ ਅਦਰ ਪਬਲਿਕ ਪਲੇਸਿਸ। ਪਰ ਮੋਬਾਈਲ ਫੋਨਸ ਅਲਾਊ ਨਹੀਂ ਕੀਤੇ ਜਾਂਦੇ ਕੁਛ ਪਲੇਸਿਸ 'ਤੇ, ਜਿਵੇਂ ਕਿ ਟੈਂਪਲਸ, ਹੋਸਪਿਟਲਸ ਅਤੇ ਹੋਰ ਜਿਹੜੇ ਹੁੰਦੇ ਆ ਪਬਲਿਕ ਪਲੇਸਿਸ ਉਹਨਾਂ 'ਤੇ। ਟੁਡੇ ਆਮ ਗੋਇੰਗ ਟੂ ਟੋਕ ਅਬਾਊਟ ਅ ਸਿਚੁਏਸ਼ਨ ਵੈਨ ਆਈ ਵਾਜ਼ ਨੋਟ ਅਲਾਊਡ ਟੂ ਯੂਜ਼ ਮਾਈ ਸੈੱਲ ਫੋਨ। ਅੱਜ ਮੈਂ ਇੱਕ ਸਿਚੁਏਸ਼ਨ ਦੀ ਗੱਲ ਕਰਨ ਜਾ ਰਹੀ ਹਾਂ ਜਦੋਂ ਮੈਨੂੰ ਅਲਾਊ ਨਹੀਂ ਕੀਤਾ ਗਿਆ ਸੀ ਆਪਣਾ ਮੋਬਾਈਲ ਫੋਨ ਯੂਜ਼ ਕਰਨ। ਇਟ ਹੈਪਨ 2 ਈਅਰਸ ਅਗੋ ਵੈਨ ਆਈ ਵਾਜ਼ ਪਰਸਿੰਗ ਮਾਈ ਗ੍ਰੈਜੂਏਸ਼ਨ। ਇਹ 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕਰ ਰਹੀ ਸੀ। ਡੂਰਿੰਗ ਵੈਕੇਸ਼ਨ ਮਾਈ ਫਰੈਂਡਸ ਐਂਡ ਆਈ ਡਿਸਾਈਡਡ ਟੂ ਵਿਜ਼ਿਟ ਸਮ ਹਿਸਟੋਰੀਕਲ ਪਲੇਸਿਸ। ਵੇਕੇਸ਼ਨ ਦੇ ਦੌਰਾਨ ਮੇਰੇ ਫਰੈਂਡਸ ਅਤੇ ਮੈਂ ਡਿਸਾਈਡ ਕੀਤਾ ਕਿ ਕੁਛ ਹਿਸਟੋਰੀਕਲ ਪਲੇਸਿਸ ਵਿਜ਼ਿਟ ਕਰਨ ਲਈ। ਆਫਟਰ ਥਿੰਕਿੰਗ ਵੀ ਮੇਡ ਅਪ ਅਵਰ ਮਾਇੰਡ ਟੂ ਵਿਜ਼ਿਟ ਬਿਰਾਸ ਅਤੇ ਖਾਲਸਾ। ਸੋਚਣ ਤੋਂ ਬਾਅਦ ਅਸੀਂ ਆਪਣਾ ਜਿਹੜਾ ਫੈਸਲਾ ਬਣਾਇਆ, ਆਪਣਾ ਮਾਇੰਡ ਬਣਾਇਆ ਕਿ ਬਿਰਾਸ ਅਤੇ ਖਾਲਸਾ ਅਸੀਂ ਵਿਜ਼ਿਟ ਕਰਨਾ ਹੈ। ਇਟ ਇਜ਼ ਅ ਮਿਊਜ਼ੀਅਮ ਆਫ ਸਿੱਖਿਜ਼ਮ ਲੋਕੇਟਡ ਇਨ ਦਾ ਹੋਲੀ ਟਾਊਨ ਅਨੰਦਪੁਰ ਸਾਹਿਬ। ਇੱਕ ਮਿਊਜ਼ੀਅਮ ਹੈ ਸਿੱਖਿਜ਼ਮ ਦਾ ਜਿਹੜਾ ਕਿ ਹੋਲੀ ਟਾਊਨ ਅਨੰਦਪੁਰ ਸਾਹਿਬ ਦੇ ਵਿੱਚ ਲੋਕੇਟਡ ਹੈ। ਇਟ ਹੈਜ਼ ਅ ਹਿਊਜ ਐਗਜੀਬਿਸ਼ਨ ਗੈਲਰੀ ਐਂਡ ਅ ਲਾਇਬ੍ਰੇਰੀ ਹਾਊਸਿੰਗ ਆਲ ਜਰਨਲਸ, ਮੈਗਜ਼ੀਨਸ, ਬੁੱਕਸ ਐਂਡ ਪੀਰੀਡੀਕਲਸ ਔਨ ਸਿੱਖਿਜ਼ਮ। ਇੱਕ ਹਿਊਜ ਐਗਜੀਬਿਸ਼ਨ ਗੈਲਰੀ ਹੈ ਐਂਡ ਲਾਇਬ੍ਰੇਰੀ ਹੈ ਜਿਸ ਦੇ ਵਿੱਚ ਜਰਨਲਸ, ਮੈਗਜ਼ੀਨਸ, ਬੁੱਕਸ ਅਤੇ ਪੀਰੀਡੀਕਲਸ ਹੈ ਸਿੱਖਿਜ਼ਮ ਦੇ। ਵੈਨ ਵੀ ਵੈਂਟ ਦੇਅਰ ਆਈ ਵਾਜ਼ ਸੋ ਐਕਸਾਈਟਿਡ ਐਜ਼ ਆਈ ਐਮ ਫੌਂਡ ਆਫ ਫੋਟੋਗ੍ਰਾਫੀ, ਸੋ ਆਈ ਡਿਸਾਈਡਿਡ ਟੂ ਕਲਿੱਕ ਅ ਲੋਟ ਆਫ ਪਿਕਚਰਸ। ਜਦੋਂ ਅਸੀਂ ਉੱਥੇ ਗਏ ਤਾਂ ਮੈਂ ਬਹੁਤ ਐਕਸਾਈਟਿਡ ਸੀ ਕਿ ਜਿਵੇਂ ਕਿ ਮੈਂ ਫੋਟੋਗ੍ਰਾਫੀ ਦੀ ਫੈਨ ਹਾਂ, ਸ਼ੌਂਕ ਹੈ ਮੈਨੂੰ ਫੋਟੋਗ੍ਰਾਫੀ ਦਾ। ਸੋ ਮੈਂ ਡਿਸਾਈਡ ਕੀਤਾ ਕਿ ਮੈਂ ਬਹੁਤ ਸਾਰੀਆਂ ਪਿਕਚਰਸ ਕਲਿੱਕ ਕਰਨੀਆਂ ਉੱਥੇ। ਬਟ ਵੈਨ ਵੀ ਐਂਟਰ ਦਾ ਮੇਨ ਗੇਟ, ਜਦੋਂ ਅਸੀਂ ਮੇਨ ਗੇਟ 'ਤੇ ਐਂਟਰ ਕੀਤਾ, ਆਈ ਕੇਮ ਟੂ ਨੋ ਦੈਟ ਫੋਟੋਗ੍ਰਾਫੀ ਇਜ਼ ਪ੍ਰੋਹਿਬਿਟਡ ਇਨਸਾਈਡ ਦਾ ਮਿਊਜ਼ੀਅਮ। ਮੈਨੂੰ ਪਤਾ ਲੱਗਿਆ ਕਿ ਜਿਹੜੀ ਫੋਟੋਗ੍ਰਾਫੀ ਉਹ ਇੱਥੇ ਪਾਬੰਦੀ ਲਗਾਈ ਹੋਈ ਹੈ ਮਿਊਜ਼ੀਅਮ ਦੇ ਅੰਦਰ। ਐਕਚੁਅਲੀ ਇਨ ਆਰਡਰ ਟੂ ਪ੍ਰੋਟੈਕਟ ਕਾਪੀਰਾਈਟ ਪਿਕਚਰਸ, ਪੀਪਲ ਵਰ ਨਾਟ ਅਲਾਊਡ ਟੂ ਟੇਕ ਫੋਟੋਗ੍ਰਾਫਸ। ਇੱਥੇ ਕਾਪੀਰਾਈਟ ਪਿਕਚਰਸ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੇ ਲੋਕ ਆ ਉਹਨਾਂ ਨੂੰ ਅਲਾਊ ਨਹੀਂ ਕੀਤਾ ਜਾਂਦਾ ਫੋਟੋਗ੍ਰਾਫਸ ਕਰਨ ਤੋਂ। ਆਫਟਰ ਐਂਟਰਿੰਗ ਦਾ ਮੇਨ ਬਿਲਡਿੰਗ ਵੀ ਗੋਟ ਸਰਪ੍ਰਾਈਜ਼ਡ ਟੂ ਸੀ ਦਾ ਬਿਊਟੀ ਆਫ ਦਿਸ ਮਿਊਜ਼ੀਅਮ। ਜਦੋਂ ਅਸੀਂ ਮੇਨ ਬਿਲਡਿੰਗ ਦੇ ਵਿੱਚ ਐਂਟਰ ਕੀਤਾ ਤਾਂ ਅਸੀਂ ਬਹੁਤ ਸਰਪ੍ਰਾਈਜ਼ ਹੋਏ ਇਸ ਦੀ ਬਿਊਟੀ ਨੂੰ ਦੇਖ ਕੇ। ਵੀ ਐਨਰਿਚਡ ਅਵਰ ਨੌਲੇਜ ਅਬਾਊਟ ਸਿੱਖ ਹਿਸਟਰੀ, ਅਸੀਂ ਆਪਣੀ ਨੌਲੇਜ ਨੂੰ ਵਧਾਇਆ ਸਿੱਖ ਹਿਸਟਰੀ ਦੇ ਨਾਲ ਰਿਲੇਟਡ। ਆਲਦੋ ਵੀ ਆਲ ਇੰਜੋਇਡ ਦੇਅਰ, ਬਟ ਆਈ ਰੀਅਲੀ ਵਾਂਟਡ ਟੂ ਕਲਿੱਕ ਪਿਕਚਰਸ ਐਂਡ ਸ਼ੋਟ ਟੂ ਮਾਈ ਫੈਮਿਲੀ। ਭਾਵੇਂ ਕਿ ਅਸੀਂ ਬਹੁਤ ਇੰਜੋਏ ਕੀਤਾ ਉੱਥੇ, ਪਰ ਮੈਂ ਕਲਿੱਕ ਪਿਕਚਰਸ ਕਲਿੱਕ ਕਰਨਾ ਚਾਹੁੰਦੀ ਸੀ ਅਤੇ ਆਪਣੀ ਫੈਮਿਲੀ ਨੂੰ ਦਿਖਾਉਣਾ ਚਾਹੁੰਦੀ ਸੀ। ਹਾਊ ਐਵਰ, ਓਵਰਆਲ ਇਟ ਵਾਜ਼ ਅ ਗ੍ਰੇਟ ਐਕਸਪੀਰੀਅੰਸ ਫੋਰ ਮੀ, ਬਿਕੋਜ਼ ਵਿਦਆਊਟ ਸੈੱਲ ਫੋਨਸ ਆਈ ਸਪੈਂਟ ਮਾਈ ਕੁਆਲਿਟੀ ਟਾਈਮ ਵਿਦ ਮਾਈ ਫਰੈਂਡਸ ਐਂਡ ਮੇਡ ਅਨਫੋਰਗੈਟੇਬਲ ਮੈਮਰੀਜ਼ ਦੇਅਰ। ਓਵਰਆਲ ਇਹ ਗ੍ਰੇਟ ਐਕਸਪੀਰੀਅੰਸ ਸੀ ਮੇਰੇ ਲਈ, ਕਿਉਂਕਿ ਸੈੱਲ ਫੋਨਸ ਤੋਂ ਬਿਨਾਂ ਮੈਂ ਆਪਣਾ ਜਿਹੜਾ ਕੁਆਲਿਟੀ ਟਾਈਮ ਸੀ ਉਹ ਆਪਣੇ ਫਰੈਂਡਸ ਨਾਲ ਬਿਤਾਇਆ, ਸਪੈਂਡ ਕੀਤਾ ਉਹਨਾਂ ਨਾਲ, ਅਤੇ ਬਹੁਤ ਸਾਰੀਆਂ ਮੈਮਰੀਜ਼ ਵੀ ਬਣਾਈਆਂ। So that was an occasion when I was not allowed to use my mobile phone. So ਉਹ ਇੱਕ ਓਕੇਜ਼ਨ ਸੀ ਜਦੋਂ ਮੈਨੂੰ ਅਲਾਊ ਨਹੀਂ ਕੀਤਾ ਗਿਆ ਸੀ ਆਪਣਾ ਮੋਬਾਈਲ ਫੋਨ ਯੂਜ਼ ਕਰਨ ਤੋਂ। ਸੋ ਗਾਇਜ਼, ਦੈਟਸ ਆਲ, ਥੈਂਕਸ ਫੋਰ ਵਾਚਿੰਗ ਮਾਈ ਵੀਡੀਓ।